ਖਲਕਾ ਦਾਖਾ ਦੇ ਪਿੰਡ ਪੱਟੀਆਂ ਵਿਖੇ ਪ੍ਰਸ਼ਾਸਨ ਨੇ ਝੋਨੇ ਦੀ ਫਸਲ ਨੂੰ ਤਬਾਹ ਕਰਕੇ ਲਿਆ ਕਬਜ਼ਾ। ਕਿਸਾਨਾਂ ਨਾਲ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਮੌਕੇ ਤੇ ਪਹੁੰਚ ਕੇ ਝੋਨੇ ਵਿੱਚ ਚੱਲਦੀਆਂ ਮਸ਼ੀਨਾਂ ਨੂੰ ਕਰਵਾਇਆ ਬੰਦ। ਕਿਸਾਨਾਂ ਨੇ ਮੁੱਲਾਂਪੁਰ ਤੋਂ ਹੰਬੜਾਂ ਨੂੰ ਜਾਣ ਵਾਲਾ ਰੋਡ ਕੀਤਾ ਜਾਮ। ਥਾਣਾ ਦਾਖਾ ਦੇ SHO ਤੇ ਉਗਰਾਹਾਂ ਜਥੇਬੰਦੀ ਦੇ ਸੀਨੀਅਰ ਆਗੂ ਤੇ ਪਿੰਡ ਪੱਟੀਆਂ ਢਾਹਾਂ ਤੋਂ ਪ੍ਰਧਾਨ ਸਰਦਾਰ ਜਸਵੰਤ ਸਿੰਘ ਨੇ ਬੇਰਹਿਮੀ ਨਾਲ ਕੁੱਟਮਾਰ ਦੇ ਲਗਾਏ ਇਲਜ਼ਾਮ। ਜ਼ਖਮੀ ਹੋਏ ਪ੍ਰਧਾਨ ਜਸਵੰਤ ਸਿੰਘ ਨੂੰ ਸੁਧਾਰ ਦੇ ਸਿਵਲ ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ। ਦਿੱਲੀ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਤੇ ਭਾਰਤਮਾਲਾ ਯੋਜਨਾ ਤਿਤ ਕਿਸਾਨਾਂ ਦੀਆਂ ਜ਼ਮੀਨਾਂ ਤੇ ਲੋਕਾਂ ਦੇ ਆਪਦੇ ਘਰਾਂ ਦੀਆਂ ਕੀਮਤਾਂ ਨੂੰ ਲੈ ਕੇ ਕਿਸਾਨਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਟਕਰਾਅ ਦੀ ਸਥਿਤੀ ਜਿਉਂਦੀ ਤਿਉਂ ਬਣੀ ਹੋਈ ਹੈ। ਇਸ ਯੋਜਨਾ ਅਧੀਨ ਆਉਂਦੀਆਂ ਜ਼ਮੀਨਾਂ ਤੇ ਕਬਜ਼ਾ ਲੈਣ ਲਈ ਪ੍ਰਸ਼ਾਸਨ ਵੱਲੋਂ ਭਾਰੀ ਫੋਰਸ ਦੀ ਮਦਦ ਨਾਲ ਪਿੰਡ ਪੱਟੀਆਂ ਵਿਖੇ ਜ਼ਮੀਨ ਵਿੱਚ ਲੱਗੇ ਝੋਨੇ ਦੀ ਫਸਲ ਤੇ JBC ਮਸ਼ੀਨਾਂ ਚਲਾ ਕੇ ਜਬਰੀ ਤਬਾਹ ਕੀਤੀ ਗਈ, ਜਿਸ ਤੋਂ ਬਾਅਦ ਕਿਸਾਨਾਂ ਨੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨਾਲ ਮਿਲ ਕੇ ਮੁੱਲਾਂਪੁਰ ਤੋਂ ਹੰਬੜਾ ਰੋਡ ਜਾਮ ਕਰ ਦਿੱਤਾ ਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਮੌਕੇ ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕਿਸਾਨਾਂ ਦੀ ਝੋਨੇ ਦੀ ਫਸਲ ਤਬਾਹ ਹੋਣ ਤੋਂ ਬਚਾਅ ਲਈ ਇਸ ਸਮੇਂ ਵਿਧਾਇਕ ਇਯਾਲੀ ਨੇ ਕਿਹਾ ਕਿ ਕਿਸੇ ਨਾਲ ਵੀ ਕਿਸੇ ਕਿਸਮ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਇਸ ਮਸਲੇ ਦਾ ਵੀ ਬੈਠ ਕੇ ਹੱਲ ਜਲਦੀ ਕੱਢ ਲਿਆ ਜਾਵੇਗਾ। ਜਥੇਬੰਦੀ ਉਗਰਾਹਾਂ ਦੇ ਸੀਨੀਅਰ ਆਗੂ ਜਸਵੰਤ ਸਿੰਘ ਪੱਟੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਥਾਣਾ ਦਾਖਾ ਦੇ SHO ਵੱਲੋਂ ਉਨ੍ਹਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਤੇ ਬਹੁਤ ਹੀ ਬੇਰਹਿਮੀ ਨਾਲ ਕੁੱਟਿਆ ਮਾਰਿਆ ਗਿਆ ਤੇ ਫਿਰ ਥਾਣਾ ਦਾਖਾ ਲੈ ਗਏ। ਦੂਸਰੇ ਪਾਸੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਸਾਡੇ ਮੁਲਾਜ਼ਮਾਂ ਤੇ ਮਸ਼ੀਨਾਂ ਵਾਲਿਆਂ ਉੱਪਰ ਬੱਟੇ ਮਾਰੇ ਗਏ। ਰਿਪੋਰਟ ਤਵਨਿੰਦਰ ਸਿੰਘ ਪਨੇਸਰ, ਪੱਤਰਕਾਰ, CT Live ਚੈਨਲ, ਲੁਧਿਆਣਾ। ਹੋਰ ਖ਼ਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਪ੍ਰਧਾਨ ਜੀ, ਤੁਸੀਂ ਅੱਜ ਇੱਥੇ ਹਸਪਤਾਲ 'ਚ ਐਡਮਿਟ ਹੋ ਤੇ ਕੀ ਕਾਰਨ ਹੈ? ਕਾਰਨ ਇਹ ਆ ਜੀ, ਜਿਹੜੀ ਭਾਰਤਮਾਲਾ ਯੋਜਨਾ ਤਹਿਤ ਪੰਜਾਬ ਵਿੱਚ ਦਿੱਲੀ ਜੰਮੂ ਕਟੜਾ ਜਿਹਦਾ ਨਿਰਮਾਣ ਹੋ ਰਿਹਾ ਵਾ, ਅੱਜ ਉਹ NHAI ਵਾਲੇ ਕਬਜ਼ਾ ਲੈਣ ਗਏ ਸੀ। ਪਹਿਲਾਂ ਸਾਡੀ ਪ੍ਰਸ਼ਾਸਨ ਨਾਲ 2-3 ਮੀਟਿੰਗਾਂ ਹੋ ਚੁੱਕੀਆਂ ਸੀ, PD ਸਾਹਿਬ ਨਾਲ ਵੀ 17 ਤਰੀਕ ਨੂੰ ਮੀਟਿੰਗ ਹੋਈ ਸੀ। ਉੱਥੇ ਉਹਨਾਂ ਨੇ ਸਾਨੂੰ ਇਹ ਭਰੋਸਾ ਦਵਾਇਆ ਸੀ ਕਿ ਅਸੀਂ ਕਬਜ਼ਾ ਉੱਥੇ ਲਵਾਂਗੇ ਜਿਹੜੇ ਕਿਸਾਨ ਪੈਸਾ ਚੱਕ ਚੁੱਕੇ ਆ। ਪਰ ਅੱਜ ਸਵੇਰੇ 6 ਵਜੇ ਹੀ ਪ੍ਰਸ਼ਾਸਨ ਉੱਥੇ ਪਹੁੰਚ ਗਿਆ। ਉਹਨਾਂ ਨੇ ਜਿਨ੍ਹਾਂ ਵਿੱਚ ਮੈਂ ਵੀ ਸ਼ਾਮਿਲ ਹਾਂ ਪੈਸੇ ਨਹੀਂ ਚੱਕੇ ਸੀ, ਉਹਨਾਂ ਦੀਆਂ ਜ਼ਮੀਨਾਂ ਵਿੱਚ ਜਾ ਕੇ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ। ਅਸੀਂ ਰੋਸ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਮਸ਼ੀਨਾਂ ਦੇ ਅੱਗੇ ਹੋਏ। ਅਸੀਂ ਕਿਸੇ ਦੀ ਸ਼ਾਨ ਦੇ ਬਰਖਿਲਾਫ਼ ਨਹੀਂ ਬੋਲੇ, ਕਿਸੇ ਨੂੰ ਕੋਈ ਘੱਟ ਵੱਧ ਗੱਲ ਨਹੀਂ ਬੋਲੇ। ਪਹਿਲਾਂ ਤਾਂ ਪ੍ਰਸ਼ਾਸਨ ਨੇ ਉਹ ਜਿਹੜੀਆਂ ਮਸ਼ੀਨਾਂ ਸੀਗੀਆਂ ਰੋਕਤੀਆਂ ਇੱਕ ਵਾਰੀ, ਪਰ ਉਸ ਤੋਂ ਬਾਅਦ ਜਿਹੜਾ SHO ਆ ਦਾਖਾ ਉਹਨੇ ਫਿਰ ਦੁਬਾਰੇ ਆਪਦੇ ਆਪ 'ਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਇਹ ਕਬਜ਼ਾ ਲੈਣਾ ਵਾਂ। ਅਸੀਂ ਜਦੋਂ ਉਹਨਾਂ ਨੇ ਮਸ਼ੀਨਾਂ ਦੁਬਾਰੇ ਚਲਾ ਲਈਆਂ ਅਸੀਂ ਪਾਸੇ ਨੂੰ ਚਲੇ ਗਏ, ਮੈਂ ਵੀ ਪਾਸੇ ਨੂੰ ਚਲਿਆ ਗਿਆ। ਮੇਰੇ ਮਗਰ 2 ਮੁਲਾਜ਼ਮ ਆਏ,